ਓਵਰਹੋਲਡਿੰਗ ਵੱਲੋਂ ਪੂਰੀ ਓਕੇ ਦੀ ਰਿਪੋਰਟ ਹੈ, ਟੈਸਟਿੰਗ ਡਨ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੋਗ ਦੇ ਵਿੱਚ। ਵਲੋਗ ਥੋੜ੍ਹਾ ਲੇਟ ਸਟਾਰਟ ਹੋ ਰਿਹਾ ਹੁਣ, ਵੈਸੇ ਵੀ ਹਫ਼ਤਾ ਇੱਕ ਹੋ ਗਿਆ ਵਲੋਗ ਲੇਟ ਹੀ ਸਟਾਰਟ ਹੋ ਰਿਹਾ। ਉਹਦਾ ਰੀਜ਼ਨ ਹੈ ਠੰਡ, ਹਾਣੀ ਰੀਜ਼ਨ ਇਹਦੇ ਕਰਕੇ ਤਾਂ ਵਲੋਗ ਥੋੜ੍ਹਾ ਛੇਤੀ ਸਟਾਰਟ ਹੋਣਦਾ, ਨਹੀਂ ਤਾਂ ਇਦੋਂ ਵੀ ਲੇਟ ਸਟਾਰਟ ਹੋਣਾ ਸੀ। ਅਤੇ ਮੌਕੇ 'ਤੇ ਸੀਨ ਇੱਦਾਂ ਕਿ ਆਪਣਾ ਜਿਹੜਾ ਅਰਜਨ ਨੋਵੋ ਹੈ, ਉਹਦੇ ਰਿਮ ਪਿਛਲੇ ਜਿਹੜੇ ਆ ਉਹ ਇੱਥੇ ਹੋ ਗਏ ਆ ਰੇਡੀ, ਪੇਂਟ ਕੀਤਾ ਸੀਗਾ ਅਤੇ ਪ੍ਰੋਪਰ ਸੁੱਕ ਗਿਆ ਪੇਂਟ। ਅਤੇ ਇੱਕ ਤਾਂ ਇਹਨੂੰ ਕਰਦੇ ਹਾਂ ਫਿੱਟ, ਉਸ ਤੋਂ ਬਾਅਦ ਵੈਸੇ ਤਾਂ ਥਾਰ 'ਤੇ ਸੈਂਡਿੰਗ ਵਾਲਾ ਕੰਮ ਵੀ ਕਰਨਾ ਆਪਾਂ, ਠੀਕ ਹੈ, ਸੈਂਡਿੰਗ ਹੋਊਗੀ। ਅਤੇ ਹੁਣ ਨਾ ਇੱਦਾਂ ਲੱਗਦਾ ਪਿਆ ਨਾ ਥਾਰ ਜਿਵੇਂ ਬਾਹਲੀ ਉੱਚੀ ਉੱਚੀ ਜੀ ਹੋ ਗਈ ਹੈ, ਇੱਥੇ ਜੋ ਹੋਵੇ ਨਾ ਫਿਰ ਸਹੀ ਰਹਿੰਦੀ ਹੈ, ਪਤਾ ਨਹੀਂ ਕੀ ਚੱਕਰ ਹੈ। ਮੈਨੂੰ ਲੱਗਦਾ ਅਜੇ ਸ਼ੋਅ ਸਹੀ ਲਾਈ ਨਹੀਂ ਸੀ ਤਾਂ ਬਾਹਲੀ ਉੱਚੀ ਸੀ। ਠੀਕ ਹੈ ਠੀਕ ਹੈ ਠੀਕ ਹੈ, ਹਾਂ ਸਹੀ ਹੈ, ਹੁਣ ਸਹੀ ਲੱਗਣ ਦੀ, ਉਹ ਤਾਂ ਬਾਹਲੀ ਉੱਚੀ ਜੀ ਲੱਗਣ ਦੀ ਸੀ। ਬੋਡੀ ਹਜੇ ਫਿੱਟ ਹੋਣੀ ਇਹਦੇ 'ਤੇ ਹੋਈ ਨਹੀਂ ਗੀ। ਅਤੇ ਆਪਾਂ ਕਿੱਥੇ ਸੀਗੇ, ਹਾਂ ਥਾਰ 'ਤੇ ਹੀ ਸੀਗੇ। ਇਹਨੂੰ ਸੈਂਡਿੰਗ ਵਾਲਾ ਕੰਮ ਕਰਨਾ, ਥੋੜ੍ਹਾ ਜਿਹਾ ਸੈਂਡਿੰਗ ਕਰਨੀ ਹੈ। ਸੈਂਡਿੰਗ ਵਾਲਾ ਤਾਂ ਹੋ ਸਕਦਾ ਕੰਮ ਅੱਜ ਨਾ ਹੋਵੇ, ਕਿਉਂਕਿ ਨਾ ਅੱਜ ਜਿਹੜਾ ਸੀਕ੍ਰੇਟ ਪ੍ਰੋਜੈਕਟ ਹੈ ਉਹਦੇ 'ਤੇ ਕੰਮ ਕਰਨਾ ਹੈ। ਕੱਲ੍ਹ ਵਾਲੇ ਵਲੋਗ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਲਾਸਟ ਜੇ ਤੁਹਾਨੂੰ ਉਹਦੇ ਬਾਰੇ ਦੱਸ ਸਕਾਂ, ਠੀਕ ਹੈ, ਕੀ ਚੀਜ਼ ਹੈ। ਕੰਪਲੀਟ ਤਾਂ ਨਹੀਂ ਹੋਣਾ ਹਜੇ ਮੈਨੂੰ ਪਤਾ, ਪਰ ਜਿਹੜਾ ਮੇਨ ਚੀਜ਼ ਹੈਗੀ ਹੈ ਜਿਹਦੇ 'ਤੇ ਕੰਮ ਮੈਂ ਕਰਨੇ ਆ ਉਹ ਡਨ ਹੋ ਜਾਏ ਇੱਕ ਵਾਰੀ, ਅਤੇ ਫਿਰ ਮੈਂ ਤੁਹਾਨੂੰ ਵਿਖਾ ਦਾਂਗਾ, ਠੀਕ ਹੈ। ਅਤੇ ਉਸ ਦੇ ਨਾਲ ਮੇਜ਼ ਦੀ ਵੀ ਥੋੜ੍ਹੀ ਜਿਹੀ ਸਫਾਈ ਕਰੀਏ, ਨਾਲ ਫਿਰ ਅਰਜਨ ਨੂੰ ਪਹਿਲਾਂ ਤਾਂ ਰਿਮ ਫਿੱਟ ਕਰਦੇ ਹਾਂ, ਉਦੋਂ ਬਾਅਦ ਮੇਜ਼ ਦੀ ਥੋੜ੍ਹੀ ਸਫਾਈ ਕਰਕੇ ਅਤੇ ਸੀਕ੍ਰੇਟ ਪ੍ਰੋਜੈਕਟ 'ਤੇ ਕੰਮ ਕਰਾਂਗੇ ਆਪਾਂ, ਠੀਕ ਹੈ। ਉਸ ਦੇ ਨਾਲ ਇੱਥੇ ਇੱਕ ਵੀਡੀਓ ਅਪਲੋਡ ਕਰਨੀ ਲਾਈ ਹੋਈ ਹੈ, ਵਲੋਗ ਅਪਲੋਡ ਹੋ ਗਿਆ ਸੀਗਾ। ਅਤੇ ਬਾਕੀ ਬਾਹਰ ਦਾ ਸੀਨ ਇੱਦਾਂ ਹੈ ਕਿ ਬਾਹਰ ਸ਼ੂਟਿੰਗ ਦਾ ਤਾਂ ਕੋਈ ਪਲਾਨ ਹੈ ਨਹੀਂ ਗਾ ਮੌਕੇ 'ਤੇ, ਪਰ ਨਾ ਆਪਾਂ ਜਿਹੜੀਆਂ ਬੈਟਰੀਆਂ ਬਣਾਈਆਂ ਨੇ ਉਹ ਟੈਸਟ ਕਰਨੀਆਂ ਨੇ, ਅਤੇ ਹੋ ਸਕਦਾ ਕੋਈ ਰੀਲ ਵਗੈਰਾ ਆਪਾਂ ਬਣਾ ਲਈਏ। ਉਸ ਤੋਂ ਇਲਾਵਾ ਗੋਪੀ ਦੇ ਝੋਟੇ ਦੇ ਸੱਚ ਗੱਲ ਕਰਨੀ ਹੈ, ਉਹ ਦੇਖਦੇ ਆਪਾਂ ਅੱਗੇ ਕਰਾਂਗੇ, ਠੀਕ ਹੈ। ਮੌਕੇ 'ਤੇ ਹੁਣ ਆਹ ਕੰਮ ਕਰੀਏ, ਮੇਜ਼ ਦੀ ਸਫਾਈ ਅਤੇ ਅਰਜਨ ਕਰੀਏ ਰੇਡੀ। ਵੈਸੇ ਤਾਂ ਇਹਦਾ ਬੰਪਰ ਵੀ ਕਰਨਾ ਹਜੇ ਪ੍ਰਿੰਟ, ਬਾਕੀ ਚਲੋ ਦੇਖ ਲੈਂਦੇ ਹਾਂ, ਉਹਦੇ ਲਈ ਥੋੜ੍ਹਾ ਚਿਰ ਰੁਕ ਵੀ ਜਾਵਾਂਗੇ, ਕੋਈ ਚੱਕਰ ਨਹੀਂ ਗਾ। ਲਓ ਵੀ ਮੁੰਡੇ ਚੈੱਕ ਕਰੋ ਲੁੱਕ ਆਪਣੇ ਅਰਜਨ ਦੀ, ਰਿਮ ਹੋ ਗਏ ਫਿੱਟ, ਸਿਲਵਰ ਹੀ ਨੇ ਵੀ, ਉਹ ਥੋੜ੍ਹਾ ਜਿਹਾ ਸ਼ੈਡੋ ਦਾ ਫਰਕ ਪੈ ਜਾਂਦਾ। ਅਤੇ ਆਹ ਥੋੜ੍ਹੇ ਜ਼ਿਆਦਾ ਜਿਵੇਂ ਲੱਗਣਦਾ ਲਾਈਟ, ਆਹ ਡਾਰਕ ਲੱਗਣਦਾ, ਪਰ ਇੱਦਾਂ ਦਾ ਕੋਈ ਸੀਨ ਨਹੀਂ ਗਾ, ਸੇਮ ਕਲਰ ਹੈ ਦੋਵਾਂ ਦਾ, ਠੀਕ ਹੈ। ਅਤੇ ਉਸ ਦੇ ਨਾਲ ਟਾਇਰ ਮੈਂ ਨਾ ਮੌਕੇ 'ਤੇ ਹਜੇ ਪੱਕੇ ਫਿਕਸ ਕੀਤੇ ਨਹੀਂ ਗੇ ਇਹਦੇ ਵਿੱਚ, ਕਿਉਂਕਿ ਆਹ ਟਰੇਟਰ 'ਚ ਵੇਟ ਪਾਉਣਾ, ਟਰੇਟਰ ਬਹੁਤ ਜ਼ਿਆਦਾ ਹਲਕਾ ਇਹ, ਅਤੇ ਵੇਟ ਮੈਂ ਇੱਥੇ ਦੇਖਣ ਦਿਆ ਸੀਗਾ ਵੀ ਕਿਸ ਤਰੀਕੇ ਨਾਲ ਮੈਂ ਇਹਦੇ 'ਚ ਵੇਟ ਵੱਧ ਪਾ ਸਕਾਂ, ਪਰ ਨਾ ਵਾਸ਼ਲਾਈਆਂ ਫਿੱਟ ਨਹੀਂ ਆ ਰਹੀਆਂ। ਆਹ ਨਟ ਵਧੀਆ ਫਿੱਟ ਹੁੰਦਾ, ਪਰ ਆਹ ਨਟ ਮੈਂ ਰਗੜ ਰਗੜ ਕੇ ਆ ਦੇਖੋ ਹਿਲਾ ਦਿੰਦੇ, ਐਵੇਂ ਦੇ ਕੀਤੇ ਪੈਣੇ, ਆਪਾਂ ਨੂੰ ਨਵਾਂ ਨਟ ਲਿਆਉਣਾ ਪੈਣਾ ਇਸ ਸਾਈਜ਼ ਦਾ, ਠੀਕ ਹੈ। ਦੋ ਨਟ ਲਿਆ ਕੇ ਅਤੇ ਉਹ ਫਿੱਟ ਕਰ ਦਾਂਗੇ ਅੰਦਰਲੀ ਸਾਈਡ, ਇਹਦੇ ਅੰਦਰਲੀ ਸਾਈਡ ਵੇਟ ਲੱਗ ਜੂ, ਪਤਾ ਵੀ ਨਹੀਂ ਲੱਗੂਗਾ ਵੇਟ ਹੈਗਾ। ਪਹਿਲਾਂ ਮੈਂ ਸੋਚਿਆ ਸੀ ਇਹਦੇ ਟਾਇਰਾਂ 'ਚ ਪਾ ਦੇਣਾ, ਫਿਰ ਉਹ ਕੈਂਸਲ ਕਰਤਾ ਪਲੈਨ, ਮੈਂ ਕਿਹਾ ਟਾਇਰ ਇਹਦੇ ਪਤਲੇ ਬਹੁਤ ਨੇ ਅਤੇ ਪੰਗਾ ਨਹੀਂ ਲੈਂਦੇ ਇਹਨਾਂ ਟਾਇਰਾਂ ਨਾਲ ਵੀ, ਅਤੇ ਆਹ ਹੁਣ ਵੇਟ ਲੈ ਕੇ ਆਉਣਾ। ਤਲਵਾੜੇ ਮੈਨੂੰ ਕੰਮ ਹੈ ਥੋੜ੍ਹਾ ਜਿਹਾ, ਤਲਵਾੜੇ ਜਾ ਕੇ ਆਉਂਦਾ ਮੈਂ, ਨਾਲੇ ਵੇਟ ਲੈ ਆਉਂਦੇ ਹਾਂ ਅਤੇ ਨਾਲੇ ਕੰਮ ਨਵੇੜ ਆਉਂਦੇ ਹਾਂ, ਠੀਕ ਹੈ। ਆ ਕੇ ਫਿਰ ਕਰਦੇ ਹਾਂ ਇਹਦੇ 'ਤੇ, ਅਤੇ ਆਹ ਹਜੇ ਵਾਇਰਿੰਗ ਵੈਸੇ ਕਰਨੀ ਹੈ, ਕਨੈਕਸ਼ਨ ਕੀਤਾ ਨਹੀਂ ਰਾਤ, ਉਵੇਂ ਛੱਡਤਾ ਸੀ। ਚਲੋ ਕੋਈ ਨਹੀਂ, ਇਹ ਕੰਮ ਕਰ ਲੈਂਦੇ ਆਪਾਂ, ਉਸ ਦੇ ਨਾਲ ਸੀਕ੍ਰੇਟ ਪ੍ਰੋਜੈਕਟ 'ਤੇ ਕੰਮ ਚੱਲਣ ਦਿਆ, ਠੀਕ ਹੈ। ਕਰੇ ਸੀ ਪੁੱਤ ਬਗਾਨੇ, ਉਹ ਮੜੋ ਆਪਾਂ ਇਹੀ ਜਿੰਮ, ਮੈਂ ਕਿਹਾ ਚਲੋ ਜਿੰਮ ਹਾਜ਼ਰੀ ਲਾ ਲਈਏ ਕਰੀ, ਹੁਣ ਚੱਲਦੇ ਆਪਾਂ, ਹੈ ਨਹੀਂ ਵੱਜਣੀ ਤੇਰੇ ਤੋਂ ਸਿਰ 'ਚ, ਚਲੋ ਗਰਮੀ ਬਹੁਤ ਹੈ ਇੱਥੇ, ਠੰਡ ਸੱਚ, ਕੀ ਕਰਨੇ ਇਹ ਤੇਰੇ ਲਈ ਨੀਗਾ, ਤੂੰ ਆ ਜਾ ਕੋਲ ਤੇ ਆ ਜਾਣਾ, ਬਸ ਚੱਲ ਆਇਆ, ਮੈਂ ਕਿਹਾ ਸੈੱਟ ਆ ਚੱਲੀਏ, ਮੈਂ ਕਿਹਾ ਚੱਲ ਜਿੰਮ ਲਾ ਲਈਏ ਤਾਂ ਹੁੰਦਾ।
ਮੈਂ ਲੜ ਗਿਆ ਮੈਂ ਚਲੀ ਜਾਣ ਤਲਵਾੜਿਓ ਆ ਗਏ ਆਪਾਂ ਵਾਪਸ ਤੇ ਆ ਦੇਖੋ ਇੱਕ ਤਾਂ ਵੇਟ ਲੈ ਕੇ ਆਇਆ ਮੈਂ ਆਪਣੇ ਅਰਜਨ ਵਾਸਤੇ ਵੈਸੇ ਤਾਂ ਜੰਗਾਲ ਜਿਹਾ ਲੱਗਾ ਥੋੜਾ ਜਿਹਾ ਬਾਕੀ ਕੋਈ ਚੱਕਰ ਨਹੀਂ ਗਾ ਇੰਨਾ ਕੁਝ ਚੱਲਦਾ ਅਤੇ ਥੋੜ੍ਹਾ ਸਾਫ਼ ਇਹਨੂੰ ਕਰ ਲਵਾਂਗੇ ਅਤੇ ਕੰਡਾ ਵੀ ਕਰ ਲੈਂਦੇ ਹਾਂ ਕਿਉਂਕਿ ਨਾ ਇਹਨਾਂ ਦੇ ਵਿੱਚ ਵੇਟ ਦਾ ਥੋੜ੍ਹਾ ਜਿਹਾ ਫਰਕ ਹੁੰਦਾ ਮਾੜਾ ਮੋਟਾ ਤਾਂ ਚਲੋ ਚੱਲੂਗਾ ਬਾਹਲਾ ਜ਼ਿਆਦਾ ਡਿਫਰੈਂਸ ਨਹੀਂ ਹੋਣਾ ਚਾਹੀਦਾ ਇੱਕ ਤਾਂ ਸਾਡਾ ਧਰਮ ਕੰਡਾ ਹੀ ਨਹੀਂ ਚੱਲ ਹੁੰਦਾ ਜੀਰੋ ਇੱਕ ਦਾ ਵੇਟ ਹੈ 121 ਦੂਜੇ ਦਾ ਵੇਟ ਹੈ 122 ਤੀਜੇ ਦਾ ਵੇਟ ਹੈ 126 ਇਹਦੇ 'ਤੇ ਜੰਗਾਲ ਜ਼ਿਆਦਾ ਲੱਗਣ ਇਹਦਾ ਸਭ ਨਾਲੋਂ ਜ਼ਿਆਦਾ ਹੋਣਾ ਨਹੀਂ 125 ਹੈ ਇਹਦੇ 'ਤੇ ਵੀ ਥੋੜ੍ਹਾ ਜਿਹਾ ਜੰਗਾਲ ਹੈ ਯਾਨੀ ਕਿ ਆਹ ਦੋਵੇਂ ਇੱਕ ਕੈਟੇਗਰੀ ਦੇ ਆਹ ਦੋਵੇਂ ਇੱਕ ਕੈਟੇਗਰੀ ਦੇ ਠੀਕ ਹੈ ਜਿਵੇਂ ਓਕੇ ਦੀ ਰਿਪੋਰਟ ਹੈ ਚਲੋ ਆਪਾਂ ਆਪਣੇ ਟਰੈਕਟਰ ਦਾ ਵੀ ਵੇਟ ਕਰ ਹੀ ਲੈਂਦੇ ਹਾਂ ਆਹ ਦੇਖ ਲਓ ਸਭ ਨਾਲੋਂ ਹੌਲਾ ਟਰੈਕਟਰ ਆਪਣੇ ਕਲੈਕਸ਼ਨ ਦਾ 4x4 ਹੋਣ ਦੇ ਬਾਵਜੂਦ ਵੀ ਅਤੇ ਆਹ ਵੀ ਆਪਣਾ ਇੱਕ 4x4 ਹੈ ਇਹਦਾ ਵਜ਼ਨ ਵੇਖ ਲਿਓ ਹਾਂ ਚੱਕੋ 2 ਕਿਲੋ ਟੱਪ ਗਿਆ ਯਾਨੀ ਕਿ ਇਹਦਾ ਇਕੱਲੇ ਦਾ ਇੰਨਾ ਵਜ਼ਨ ਹੈ ਕਿ ਉਹਦੇ ਨਾਲ ਦੇ 3 ਟਰੈਕਟਰ ਆ ਜਾਣ ਉਹਦੇ ਵਿੱਚ ਵੇਟ ਦੇ ਮਾਮਲੇ 'ਚ ਅਤੇ ਇਹਦੇ 'ਚ ਵੀ ਆਪਾਂ ਨੂੰ ਵੇਟ ਵਧਾਉਣਾ ਪੈਣਾ ਅਤੇ ਜੇ ਆਪਾਂ 2 ਵਾਰ ਰੱਖਦੇ ਹਾਂ ਕਿੰਨਾ ਹੋਜੂ ਟੋਟਲ ਵੇਟ 900 ਦੇ ਲਗਭਗ ਹੋ ਜੂਗਾ ਅਤੇ ਮੇਰੇ ਹਿਸਾਬ ਨਾਲ ਇੰਨਾ ਵੇਟ ਬਹੁਤ ਹੈ ਠੀਕ ਹੈ ਕਿਉਂਕਿ ਆਹ ਪਾਉਣ ਤੋਂ ਬਾਅਦ 900 ਹੋ ਜੂਗਾ ਵੇਟ ਅਤੇ ਉਸ ਤੋਂ ਬਾਅਦ ਇਹਦੇ ਅੱਗੇ ਬੰਪਰ ਵੀ ਲੱਗਣਾ ਬੰਪਰ 'ਤੇ ਵੀ ਕੱਲ੍ਹ ਨੂੰ ਵੇਟ ਪਾਵਾਂਗੇ ਆਪਾਂ ਕਿਉਂਕਿ 4x4 ਹੈ ਠੀਕ ਹੈ 100-200 ਗ੍ਰਾਮ ਉਦੋਂ ਵੀ ਯੂਜ਼ ਹੋ ਜੂਗਾ ਇਸ ਕਰਕੇ ਇੰਨਾ ਵੇਟ ਬਹੁਤ ਹੈ ਇਹਦੇ ਵਾਸਤੇ ਜ਼ਿਆਦਾ ਵੇਟ ਨਹੀਂ ਪਾਉਂਦੇ ਆਪਾਂ ਠੀਕ ਹੈ ਬਸ ਛੇਤੀ ਛੇਤੀ ਇਹਦੀ ਫਿਟਿੰਗ ਕਰਦੇ ਹਾਂ ਹੋ ਜਾ ਬੰਦ ਹੁਣ ਤੂੰ ਪਹਿਲਾਂ ਚਾਲੂ ਨਹੀਂ ਸੀ ਹੁੰਦਾ ਹੁਣ ਬੰਦ ਨਹੀਂ ਹੁੰਦਾ ਅਤੇ ਇਹਦੀ ਫਿਟਿੰਗ ਕਰਦੇ ਹਾਂ ਅੰਦਰਲੀ ਸਾਈਡ ਲਓ ਵੀ ਮੁੰਡਿਓ ਅਰਜਨ ਅਤੇ ਵੇਟ ਵਾਲਾ ਕੰਮ ਹੋ ਗਿਆ ਡਨ ਆਹ ਦੇਖੋ ਵੇਟ ਦੀ ਫਿਟਿੰਗ ਹੋ ਚੁੱਕੀ ਹੈ ਥੋੜ੍ਹਾ ਥੋੜ੍ਹਾ ਵੇਟ ਦੋਵਾਂ ਪਾਸਿਓਂ ਬਾਹਰ ਆਉਂਦਿਆ ਬਾਕੀ ਕੋਈ ਚੱਕਰ ਨਹੀਂ ਇੰਨਾ ਕੁਝ ਚੱਲਦਾ ਅਤੇ ਉਸ ਦੇ ਨਾਲ ਇੱਥੇ ਇੱਕ ਰੀਲ ਬਣਾਉਣੀ ਸੀਗੀ ਅਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਅੱਜ ਕਾਹਦੀ ਬਣਾਈਏ ਮੈਂ ਕਿਹਾ ਚੱਲ ਥਾਰ ਦੀ ਟੈਸਟਿੰਗ ਕਰ ਲੈਂਦੇ ਹਾਂ ਆਫ ਰੋਡਿੰਗ 'ਚ ਅਤੇ ਨਾਲੇ ਜਦੋਂ ਦਾ ਇਹਦਾ ਐਕਸਲ ਰਿਪੇਅਰ ਕੀਤਾ ਇਹਦੀ ਟੈਸਟਿੰਗ ਆਪਾਂ ਕਰਕੇ ਵੇਖੀ ਨਹੀਂ ਗੀ ਕਿ ਐਕਸਲ 'ਚ ਹੁਣ ਪਲੇ ਵਗੈਰਾ ਕਿੱਦਾਂ ਦੀ ਹੈ ਅਤੇ ਪਰਫੋਰਮੈਂਸ ਕਿੱਦਾਂ ਦੀ ਹੈ ਮੈਂ ਕਿਹਾ ਚੱਲ ਇਹ ਕੰਮ ਹੋ ਜੂਗਾ ਦੋਵੇਂ ਕੰਮ ਹੋ ਜਾਣਗੇ ਨਾਲੇ ਰੀਲ ਬਣ ਜੂਗੀ ਨਾਲੇ ਐਕਸਲ ਦੀ ਹੋ ਜੂਗੀ ਟੈਸਟਿੰਗ ਅਤੇ ਬਸ ਟੈਸਟਿੰਗ ਹੋ ਹੀ ਗਈ ਵੈਸੇ ਤਾਂ ਰੀਲ 'ਚ ਮੈਂ ਕਾਫੀ ਟੇਕ ਲੈ ਲਿਆ ਉਹਦੇ 'ਚ ਮੈਨੂੰ ਪਤਾ ਲੱਗ ਗਿਆ ਵੀ ਕਮੀਆਂ ਕੀ ਨੇ ਅਤੇ ਪਹਿਲਾਂ ਨਾਲ ਪਰਫੋਰਮੈਂਸ ਕਿੰਨਾ ਫਰਕ ਪਿਆ ਵੈਸੇ ਤਾਂ ਕਾਫੀ ਫਰਕ ਹੈ ਹੁਣ ਉਹ ਦਿੱਕਤ ਤਾਂ ਹੈ ਨਹੀਂ ਗੀ ਜਿਹੜੇ ਟਾਇਰ ਪਹਿਲਾਂ ਪਲੇ ਸੀਗੀ ਟਾਇਰਾਂ 'ਚ ਵੀ ਇੱਧਰ ਉੱਧਰ ਨੂੰ ਹਿੱਲਦੇ ਸੀਗੇ ਉੱਦਾਂ ਦੀ ਕੋਈ ਪ੍ਰੋਬਲਮ ਨਹੀਂ ਸਰਵੋ ਵੀ ਬਹੁਤ ਵਧੀਆ ਵਰਕ ਕਰਦੀ ਪਈ ਹੈ ਹੁਣ ਆਫ ਰੋਡਿੰਗ ਤੁਹਾਡੇ ਸਾਹਮਣੇ ਹੈ ਲੋ ਗੇਅਰ 'ਚ ਪਾਈ ਹੋਈ ਹੈ ਕਿਉਂਕਿ ਲੋ ਗੇਅਰ ਹੈ ਸਪੈਸ਼ਲ ਆਫ ਰੋਡਿੰਗ ਲਈ ਹੈ ਪਿਛਲੀ ਸਾਈਡ ਇੱਥੇ ਆ ਲੱਗ ਗਏ ਇਹਦੇ ਨਾਲ ਟਾਇਰ ਦੇ ਅੱਗੇ ਜੇ ਕੋਈ ਚੀਜ਼ ਰਹੂਗੀ ਫਿਰ ਕੋਈ ਚੱਕਰ ਨਹੀਂ ਆ ਪਰ ਜੇ ਥੱਲੇ ਚੈਸੀ 'ਤੇ ਕੋਈ ਚੀਜ਼ ਲੱਗ ਗਈ ਗੱਡੀ ਤੁਲ ਗਈ ਫਿਰ ਉਹਦੇ 'ਤੇ ਟਾਇਰ ਕੁਛ ਨਹੀਂ ਕਰ ਸਕਦੇ ਭਾਵੇਂ ਆਫ ਰੋਡਿੰਗ ਵਾਲੇ ਹੋਣ ਭਾਵੇਂ ਦੂਜੇ ਹੋਣ ਜੇ ਟਾਇਰ ਸਹੀ ਨੇ ਜੇ ਪ੍ਰੋਪਰ ਚੀਜ਼ ਟਾਇਰਾਂ ਦੇ ਅੱਗੇ ਆਉਣ ਦੀ ਹੈ ਫਿਰ ਟਾਇਰ ਆਰਾਮ ਨਾਲ ਉਹਦੇ ਉੱਤੇ ਚੜ ਜੂਗਾ ਇੱਕ ਆਹ ਪ੍ਰੋਬਲਮ ਹੈ ਜਿਹੜੀ ਹਜੇ ਤੱਕ ਸੋਲਵ ਨਹੀਂ ਹੋਈ ਜਿਹੜੇ ਟਾਇਰ ਦੇ ਵਿੱਚੋਂ ਰਿਮ ਘੁੰਮ ਜਾਂਦੇ ਆ ਨਾ ਉਹ ਦੇਖੋ ਇਹ ਕਰਨੀ ਆ ਸੋਲਵ ਇਹਦਾ ਕੋਈ ਪੱਕਾ ਹੱਲ ਕਰਨਾ ਪੈਣਾ
ਮੈਂ ਫੈਵੀਕਵਿਕ ਕਹਿੰਦੇ ਤਾਂ ਲਾਉਣ ਨਹੀਂ ਰਿਹਾ ਕਿਉਂਕਿ ਨਾ ਫੈਵੀਕਵਿਕ ਨਾਲ ਕੱਲ੍ਹ ਨੂੰ ਪ੍ਰੋਬਲਮ ਆ ਜਾਂਦੀ ਜੇ ਟਾਇਰ ਕੱਢਣੇ ਪੈ ਜਾਣ ਕਿਸੇ ਹੋਰ ਚੀਜ਼ 'ਤੇ ਯੂਜ਼ ਕਰਨੇ ਨੇ ਤਾਂ ਇਸ ਕਰਕੇ ਮੈਂ ਫੈਵੀਕਵਿਕ ਨਹੀਂ ਯੂਜ਼ ਕਰਦਾ ਪਿਆ ਇਹਦਾ ਕੋਈ ਹੋਰ ਹੱਲ ਕਰਨਾ ਪੈਣਾ ਇਹਦੇ ਨਾ ਨਟ ਵਗੈਰਾ ਕੱਢਣੇ ਪੈਣੇ ਆ ਓਫ ਰੋਡਿੰਗ ਵੱਲੋਂ ਪੂਰੀ ਓਕੇ ਦੀ ਰਿਪੋਰਟ ਹੈ ਟੈਸਟਿੰਗ ਡਨ ਹੈ ਜੀ ਬਸ ਹੁਣ ਵੈਸੇ ਮੈਂ ਕੰਮ ਕੀਤਾ ਇਹਦੇ ਸ਼ੀਸ਼ਿਆਂ 'ਤੇ ਵੀ ਕੰਮ ਚੱਲਣ ਦਿਆ ਅਤੇ ਕੱਲ੍ਹ ਦੇਖਦੇ ਹਾਂ ਕੱਲ੍ਹ ਬੋਡੀ ਦੀ ਫਿਟਿੰਗ ਕਰ ਦਾਂਗੇ ਆਪਾਂ ਪੱਕਾ ਅਤੇ ਪੱਕਾ ਮਤਲਬ ਵੀ ਵਾਰ ਵਾਰ ਫਿਰ ਲਾਉਣ ਦੀ ਜ਼ਰੂਰਤ ਨਾ ਪਊਗੀ ਕਿਉਂਕਿ ਚੈਸੀ ਦਾ ਸਾਰਾ ਕੰਮ ਡਨ ਹੋ ਚੁੱਕਿਆ ਅਤੇ ਉਸ ਦੇ ਨਾਲ ਹਜੇ ਉਹ ਟੈਸਟਿੰਗ ਰਹਿੰਦੀ ਹੈ ਕਿ ਇਹਦੀ ਬੋਡੀ ਉੱਤੇ ਰੱਖ ਕੇ ਕਿ ਹੁਣ ਇੱਧਰ ਦੋਵਾਂ ਪਾਸੇ ਦੇ ਟਾਇਰ ਲੱਗਦੇ ਨੇ ਨਾਲ ਕਿ ਨਹੀਂ ਲੱਗਦੇ ਉਹ ਟੈਸਟਿੰਗ ਰਹਿੰਦੀ ਹੈ ਉਹ ਚਲੋ ਕੋਈ ਚੱਕਰ ਨਹੀਂ ਉਹ ਦੇਖ ਲੈਂਦੇ ਆਪਾਂ ਉਹ ਕਰ ਲਾਂਗੇ ਆਪਾਂ ਉਹ ਦੇਖ ਲਾਂਗੇ ਕੱਲ੍ਹ ਕਰ ਲਾਂਗੇ ਫਿਰ ਬਾਕੀ ਜਮ੍ਹਾਂ ਓਕੇ ਦੀ ਰਿਪੋਰਟ ਹੈ ਸ਼ੋਕਰ ਵੀ ਜਮ੍ਹਾਂ ਸਹੀ ਨੇ ਜੋਕਰ ਵੀ ਸਹੀ ਵਰਕ ਕਰਦੇ ਪਏ ਨੇ ਹਾਈ ਗੇਅਰ 'ਚ ਨਹੀਂ ਮੇਰੇ ਸਾਹਮਣੇ ਟੱਪਦੀ ਇੱਥੋਂ ਬਾਕੀ ਦੇਖ ਲੈਂਦੇ ਹਾਂ ਟੱਪਦੀ ਹੋਏ ਟੱਪਦੀ ਤਾਂ ਕਿਉਂ ਨਹੀਂ ਪਰ ਬੈਂਟਰੀ ਥੱਲੇ ਟੱਪ ਜਾਂਦੀ ਜਮ੍ਹਾਂ ਓਕੇ ਦੀ ਰਿਪੋਰਟ ਹੈ ਹਾਈ ਗੇਅਰ 'ਚ ਵੀ ਚਲੋ ਬੜੀ ਹੋ ਗਈ ਟੈਸਟਿੰਗ ਇਹਨੂੰ ਕਰਦੀ ਇੱਕ ਸਾਈਡ 'ਤੇ ਹੁਣ ਸਮਾਨ ਸਾਰਾ ਡੱਬੇ 'ਚ ਵਾਪਸ ਪਾਉਣਾ ਪੈਣਾ ਰੀਲ ਬਣਾਉਣ ਦੇ ਚੱਕਰਾਂ 'ਚ ਸਾਰਾ ਕੱਢ 'ਤੇ ਲਿਆ ਸੀਗਾ ਹੁਣ ਰੱਖਦੇ ਇੱਕ ਇੱਕ ਕਰਕੇ ਆਹ ਵੇਟ ਵੀ ਰੱਖ ਦਿੰਦੇ ਹਾਂ ਅੱਗੇ ਦੇਖਾਂਗੇ ਜੇ ਕਿਸੇ ਟਰੈਕਟਰ 'ਚ ਯੂਜ਼ ਕਰਨਾ ਹੋਇਆ ਵੈਸੇ ਸ਼ਾਇਦ ਜੌਂਡੀਅਰ 'ਚ ਪਾਉਣਾ ਆਪਾਂ ਜੌਂਡੀਅਰ 'ਚ ਵੇਟ ਨਹੀਂ ਪਾਇਆ ਸ਼ਾਇਦ ਪੱਕਾ ਨਹੀਂ ਗਾ ਪਾਇਆ ਹੋਇਆ ਨਹੀਂ ਜੌਂਡੀਅਰ 'ਚ ਵੇਟ ਨਹੀਂ ਪਾਇਆ ਵੈਸੇ ਵੇਟ ਪਾਉਣ ਦਾ ਫਾਇਦਾ ਵੀ ਨਹੀਂ ਆਹ ਦੇਖੋ ਟਾਇਰਾਂ ਦੇ ਹਾਲ ਕੀ ਹੋਏ ਪੈਣੇ ਬਿਨਾਂ ਵੇਟ ਤੋਂ ਆਹ ਹਾਲ ਹੈ ਵੇਟ ਪਾਉਣ ਤੋਂ ਬਾਅਦ ਇਹਦਾ ਕੀ ਬਣੂਗਾ ਇਹਨਾਂ ਟਾਇਰਾਂ ਦਾ ਕੁਛ ਕਰਨਾ ਪੈਣਾ ਪ੍ਰਿੰਟ ਕਰਕੇ ਗਲਤੀ ਕਰ ਲਈ 0.2 mm ਦੀ ਨੋਜ਼ਲ ਨਾਲ ਚਲੋ ਦੇਖਦੇ ਹਾਂ ਇਹਦਾ ਕੀ ਹੋ ਸਕਦਾ ਕਮੈਂਟ ਕਰਿਓ ਜੇ ਕਿਸੇ ਕੋਲ ਇਹਦਾ ਹੱਲ ਹੋਵੇ ਨਾ ਇਸ ਚੀਜ਼ ਦਾ ਟਾਇਰਾਂ ਦੇ ਵਿੱਚ ਮੈਂ ਕੁਛ ਪਾਉਣਾ ਨਹੀਂ ਚਾਹ ਰਿਹਾ ਕਿ ਵੈਸੇ ਤਾਂ ਇਹਦੇ ਵਿੱਚ ਵੇਟ ਪਾ ਕੇ ਮੈਂ ਇਹਦਾ ਹੱਲ ਕਰ ਸਕਦਾ ਕਿ ਟਾਇਰ ਜ਼ਿਆਦਾ ਅੰਦਰ ਨੂੰ ਨਾ ਬਹਿਣ ਜਾਂ ਇਹਦੇ ਵਾਸਤੇ ਮੈਂ ਦੇਖਦਾ ਵਾਂ ਆਹ ਜਿਹੜੇ ਵੱਡੇ ਟਾਇਰ ਨੇ ਨਾ ਉਹ ਜਿਹੜੇ ਉਹਦੇ ਵਿੱਚ ਇੱਕ ਫੋਮ ਆਈ ਸੀਗੀ ਉਹਦੇ 'ਚੋਂ ਮੈਂ ਕੱਢ ਲਈ ਸੀ ਉਹ ਫਿਰ ਉਹਦੇ ਵਿੱਚ ਭਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਬਾਕੀ ਮੈਂ ਟਾਇਰ ਖੋਲ੍ਹਣਾ ਨਹੀਂ ਚਾਹੁੰਦਾ ਮੇਨ ਪ੍ਰੋਬਲਮ ਇਹ ਆ ਜੇ ਟਾਇਰ ਨੂੰ ਮੈਂ ਚੀਰਾ ਲਾ ਦੇਣਾ ਤਾਂ ਇਹਨੇ ਵਾਪਸ ਜੁੜਨਾ ਨਹੀਂ ਪਤਲਾ ਬਹੁਤ ਜ਼ਿਆਦਾ ਟਾਇਰ ਇਸ ਕਰਕੇ ਮੈਨੂੰ ਇਹ ਕਿ ਬਾਹਰੋਂ ਹੀ ਕੋਈ ਹੱਲ ਹੋ ਜਾਂਦਾ ਤਾਂ ਮੈਂ ਉਹ ਦੇਖੋ ਇਹਦੇ ਥੱਲੇ ਨਾ ਉਹ ਚਿੱਟਾ ਚਿੱਟਾ ਵਹਿਦਾ ਪਿਆ ਉਹ ਜਗਾੜ ਉਹ ਇਹਦੇ ਥੱਲੇ ਰੱਖਿਆ ਸੀ ਮੈਂ ਚੈਸੀ ਦੇ ਬੋਡੀ ਦੇ ਥੱਲੇ ਕਿ ਟਾਇਰ ਥੱਲੇ ਨਾ ਲੱਗਣ ਅਤੇ ਇੱਦਾਂ ਫਿੱਸਣਗੇ ਨਾ ਉਹ ਪਤਾ ਨਹੀਂ ਹਿੱਲ ਹੁੱਲ ਗਿਆ ਜਗਾੜ ਉੱਥੋਂ ਚਲੋ ਕੋਈ ਨਹੀਂ ਦੇਖਦੇ ਹਾਂ ਕਰਦੇ ਹਾਂ ਹੱਲ ਇਹਦਾ ਅਤੇ ਫਿਲਹਾਲ ਹੁਣ ਇੱਕ ਵਾਰੀ ਆਹ ਸਮਾਨ ਚੱਕਦਾ ਮੈਂ ਸਾਰਾ ਅਤੇ ਆਪਣਾ ਜਿਹੜਾ ਝੋਟਾ ਏ ਉਹਦੇ 'ਤੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਆਪਾਂ ਕਮੈਂਟ ਆ ਰਹੇ ਸੀ ਕਿ ਝੋਟਾ ਵਿਖਾਓ ਆਹ ਦੇਖ ਲਓ ਆਹ ਜੇ ਮੌਕੇ ਦੇ ਝੋਟੇ ਦੇ ਹਾਲਾਤ ਮਿੱਟੀ ਕੱਟਾ ਫੁੱਲ ਚੜਿਆ ਹੋਇਆ ਇਹਦੇ ਉੱਤੇ ਟਰੈਕਟਰ ਲੰਮੇ ਟਾਈਮ ਤੱਕ ਜੇ ਖੜ੍ਹਾ ਰਹੇ ਤਾਂ ਆਹੀ ਹਾਲ ਹੁੰਦਾ ਹੁੰਦਾ ਆਹ ਦੇਖੋ ਪੂਰਾ ਲਿਬੜਿਆ ਪਿਆ ਇਹ ਟਰੈਕਟਰ ਨਾ ਆਪਣਾ ਤਾਰ 'ਤੇ ਚੱਲਣ ਵਾਲਾ ਵੈਸੇ ਸੇਮ ਉਸੇ ਤਾਰ 'ਤੇ ਚੱਲਦਾ ਜਿਹਦੇ 'ਤੇ ਆਪਣੀ ਹਾਈਡਰਾ ਚੱਲਦੀ ਹੈ ਠੀਕ ਹੈ ਅਤੇ ਮੈਂ ਸੋਚਣ ਦਿਆ ਵਾਂ ਕਿ ਇਹ ਟਰੈਕਟਰ ਨੂੰ ਵੀ ਨਾ ਰਿਮੋਟ ਕੰਟਰੋਲ ਕਰ ਦਿੰਦੇ ਹਾਂ ਇੱਦਾਂ ਹੀ ਵੀ ਜ਼ਿਆਦਾ ਕੁਛ ਛੇੜਦਾ ਨਹੀਂ ਮੈਂ ਇਹਦੇ 'ਚ ਠੀਕ ਹੈ ਨਾ ਹੀ ਇਹਨੂੰ ਖੋਲ੍ਹਾਂਗਾ ਮੈਂ ਕਿਉਂਕਿ ਜੇ ਇਹਨੂੰ ਮੈਂ ਮੋਡੀਫਾਈ ਕਰਦਾ ਵਾ ਨਾ ਇਹਦੀ ਸਾਰੀ ਟੋਟਲੀ ਲੁੱਕ ਚੇਂਜ ਹੋ ਜੂਗੀ ਸੇਮ ਇੱਦਾਂ ਦੀ ਲੁੱਕ ਰਹਿੰਦੀ ਨਹੀਂ
ਤੇ ਮੈਂ ਚਾਹੁੰਦਾ ਵਾਂ ਕਿ ਆ ਟਰੈਕਟਰ ਇੱਦਾਂ ਦਾ ਇੱਦਾਂ ਹੀ ਰਹੇ, ਠੀਕ ਹੈ, ਜਿਵੇਂ ਗੋਪੀ ਨੇ ਬਣਾਇਆ ਸੀਗਾ। ਹਾਂ, ਇਹਦੇ ਵਿੱਚ ਮੈਂ ਕੋਸ਼ਿਸ਼ ਕਰ ਸਕਦਾ ਰਿਮੋਟ ਲਾਉਣ ਦੀ ਇਸੇ ਮੋਟਰ 'ਤੇ ਹੀ। ਹਾਲਾਂਕਿ ਆਹ ਜਿਹੜੀ ਮੋਟਰ ਹੈ ਨਾ, ਇਹ ਲੋਅ ਆਰ ਪੀ ਐੱਮ 'ਤੇ ਵਧੀਆ ਚੱਲਦੀ ਨਹੀਂ, ਇਹਨੂੰ ਕਮ ਸੇ ਕਮ 12 ਵੋਲਟ ਚਾਹੀਦੇ ਨੇ। ਅਤੇ ਆਪਣੇ ਕੋਲ ਇੱਕ ਰਿਮੋਟ ਪਿਆ ਹੋਇਆ ਆ ਥਾਰ ਵਾਲਾ, ਜਿਹੜਾ ਆਪਾਂ ਆਪਣੇ ਹਿੰਦੁਸਤਾਨ 'ਚ ਲਾਇਆ ਸੀ। ਮੈਨੂੰ ਇਹ ਵੀ ਨਹੀਂ ਯਾਦ ਕਿ ਇਹਦੇ ਵਿੱਚ ਲਾਇਆ ਸੀ ਕਿ ਹਜੇ ਵੀ ਹਿੰਦੁਸਤਾਨ ਦੇ ਵਿੱਚ ਹੈਗਾ। ਇਹ ਚੀਜ਼ ਦੇਖਣੀ ਪੈਣੀ ਹੈ, ਸ਼ਾਇਦ ਹਿੰਦੁਸਤਾਨ ਦੇ ਵਿੱਚ ਹੀ ਆ ਉਹ ਰਿਮੋਟ। ਅਤੇ ਮੈਂ ਸੋਚਦੇ ਹਾਂ ਕਿ ਇੱਕ ਵਾਰੀ ਨਾ ਹੋਰ ਰਿਮੋਟ ਲਾ ਦਿੰਦੇ ਆਪਾਂ ਇਹਦੇ 'ਚ, ਗੋਪੀ ਵਾਲੇ ਝੋਟੇ 'ਚ। ਬਾਕੀ ਵੈਸੇ ਤਾਂ ਇਹਨੂੰ ਵੀ ਚਲਾਉਣਾ ਹੈ, ਕਾਫੀ ਟਾਈਮ ਹੋ ਗਿਆ ਜਦੋਂ ਦਾ ਬਣਾਇਆ, ਇਹ ਵੀ ਚਲਾਇਆ ਨੀਗਾ, ਕਿਉਂਕਿ ਇਹਦੇ ਵਿੱਚ ਜਿਹੜਾ ਡਿਫਰੈਂਸ਼ਲ ਹੈ ਨਾ ਉਹ ਆਪਾਂ 3D ਪ੍ਰਿੰਟ ਕਰਕੇ ਯੂਜ਼ ਕੀਤਾ ਸੀ, ਇਸ ਕਰਕੇ ਇਹਨੂੰ ਮੈਂ ਚਲਾਇਆ ਨਹੀਂ, ਰਿਸਕ ਨਹੀਂ ਲਿਆ। ਇੱਕ ਦੋ ਵਾਰੀ ਖਰਾਬ ਹੋ ਗਿਆ ਸੀ। ਰਿਸੀਵਰ ਵਿੱਚ ਹੀ ਹੈ, ਇਹਦੇ ਰਿਸੀਵਰ ਇਹਦੇ ਵਿੱਚ ਹੀ ਹੈ। ਆਹ ਰਿਸੀਵਰ ਕੱਢ ਕੇ ਆਪਾਂ ਨੂੰ ਨਾ ਇਹਦੇ ਵਿੱਚ ਲਾਉਣਾ ਪੈਣਾ, ਫਿਰ ਇਹ ਜਿੱਦਾਂ ਰਿਮੋਟ ਕੰਟਰੋਲ ਬਣ ਸਕਦਾ। ਪਰ ਆਹ ਜਿਹੜਾ ਰਿਸੀਵਰ ਹੈ ਇਹ 2 ਸੈੱਲ ਬੈਟਰੀ 'ਤੇ ਚੱਲਦਾ, 2S 'ਤੇ, ਠੀਕ ਹੈ, ਯਾਨੀ ਕਿ 7.4 ਵੋਲਟ 'ਤੇ ਚੱਲਦਾ। ਉਹ ਟਰੈਕਟਰ ਨੂੰ ਕਮ ਸੇ ਕਮ 12 ਵੋਲਟ ਚਾਹੀਦੇ ਆ, ਫਿਰ ਉਹ ਟਰੈਕਟਰ ਵਧੀਆ ਚੱਲਦਾ, ਪੂਰਾ ਜ਼ੋਰ ਮਾਰਦਾ। ਅਤੇ ਹੁਣ ਇਹਦੇ ਵਿੱਚ ਹੀ ਮੈਂ ਥੋੜ੍ਹਾ ਕਨਫਿਊਜ਼ ਸੀਗਾ ਕਿ ਇਹਦਾ ਰਿਮੋਟ ਕੱਢ ਕੇ ਉਹਦੇ 'ਚ ਲਾ ਦਾਂ ਜਾਂ ਇਹਦੇ ਵਿੱਚ ਹੀ ਰਹਿਣ ਦਾ, ਕਿਉਂਕਿ ਆਹ ਵੀ ਟਰੈਕਟਰ ਹਜੇ ਚਲਾਇਆ ਨਹੀਂ ਅਤੇ ਮੈਂ ਚਲਾਉਣਾ ਹੈ। ਅਤੇ ਮੈਂ ਦੇਖਦਾ ਵਾਂ ਇੱਕ ਦੋ ਦਿਨਾਂ ਤੱਕ ਨਾ ਇਹਦੇ ਨਾਲ ਇੱਕ ਅੱਧੀ ਵੀਡੀਓ ਸ਼ੂਟ ਕਰਦੇ ਹਾਂ ਆਪਾਂ, ਉਸ ਤੋਂ ਬਾਅਦ ਫਿਰ ਦੇਖਾਂਗੇ ਇਹਦਾ ਰਿਮੋਟ ਜੇ ਉਹਦੇ 'ਚ ਫਿੱਟ ਕਰਨਾ ਹੋਇਆ ਅਤੇ ਉਹਦੇ 'ਚ ਕਰ ਦਾਂਗੇ। ਇਹਨੂੰ ਮੈਂ ਤਾਂ ਨਹੀਂ ਸੀ ਚਲਾ ਰਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਡਿਫਰੈਂਸ਼ਲ ਹੈ ਨਾ ਉਹਦੇ ਗੇਅਰ ਟੁੱਟ ਜਾਂਦੇ ਨੇ, ਜ਼ਿਆਦਾ ਲੋਡ ਨਹੀਂ ਉਹ ਚੱਕ ਸਕਦੇ। ਅਤੇ ਉਹਦਾ ਮੈਂ ਇੱਕ ਹੱਲ ਸੋਚਿਆ ਹੋਇਆ ਕਿ ਜੇ ਹੁਣ ਇੱਦਾਂ ਦੀ ਦਿੱਕਤ ਆਈ, ਹੁਣ ਇੱਕ ਵਾਰੀ ਚਲਾਵਾਂਗੇ ਆਪਾਂ ਬਾਹਰ, ਟਰਾਲੀ 'ਤੇ ਜ਼ਿਆਦਾ ਇਹ ਚੱਲਣਾ, ਇੰਪਲੀਮੈਂਟ 'ਤੇ ਤਾਂ ਚੱਲਣਾ ਨਹੀਂ ਕਿਉਂਕਿ ਪਿੱਛੇ ਇਹਦੇ ਸਿਰਫ ਹੋਕ ਹੈ ਇਕੱਲੀ, ਆਹ ਦੇਖੋ, ਠੀਕ ਹੈ। ਅਤੇ ਇਹਨੂੰ ਚਲਾਵਾਂਗੇ ਆਪਾਂ, ਜੇ ਤਾਂ ਵਧੀਆ ਚੱਲ ਗਿਆ ਇੱਦਾਂ ਡਿਫਰੈਂਸ਼ਲ 'ਤੇ, ਚੰਗੀ ਗੱਲ ਹੈ। ਜੇ ਕੋਈ ਪ੍ਰੋਬਲਮ ਆਈ ਵੀ ਡਿਫਰੈਂਸ਼ਲ ਦੇ ਗੇਅਰ ਵਗੈਰਾ ਟੁੱਟੇ ਜਾਂ ਸਲਿੱਪ ਕੀਤੇ, ਫਿਰ ਡਿਫਰੈਂਸ਼ਲ ਕੱਢ ਕੇ ਇਹਨੂੰ ਸਿੱਧਾ ਡਾਇਰੈਕਟ ਕਰ ਦਾਂਗੇ ਆਪਾਂ, ਠੀਕ ਹੈ। ਡਿਫਰੈਂਸ਼ਲ ਵਾਲਾ ਕੰਮ ਹੀ ਖਤਮ ਕਰ ਦਾਂਗੇ, ਜਿੰਨਾ ਮਰਜ਼ੀ ਲੋਡ ਪਾਈ ਜਾਓ ਇਹਦੇ 'ਤੇ, ਫਿਰ ਕੋਈ ਪ੍ਰੋਬਲਮ ਨਹੀਂ ਗੀ ਇਹਨੂੰ, ਕਿਉਂਕਿ ਇਹਦੇ ਜਿਹੜੇ ਦੂਜੇ ਸਾਰੇ ਗੇਅਰ ਨੇ ਨਾ ਉਹ ਤਾਂ ਫੁੱਲ ਸਿਰਾਂ ਨੇ, ਬਸ ਮੇਨ ਇੱਕ ਡਿਫਰੈਂਸ਼ਲ ਦੇ ਜਿਹੜੇ ਵਿਚਲੇ ਗੇਅਰ ਨੇ ਉਹਨਾਂ 'ਚ ਪ੍ਰੋਬਲਮ ਆਉਂਦੀ ਹੈ। ਅਤੇ ਜੇ ਉਹ ਕੱਢ ਹੀ ਦਿੱਤੇ ਆਪਾਂ, ਫਿਰ ਸਭ ਓਕੇ ਦੀ ਰਿਪੋਰਟ ਹੋ ਜੂਗਾ। ਇਸ ਕਰਕੇ ਇਹ ਵੀ ਮੈਂ ਸੋਚਣ ਦਿਆਂ ਕਿ ਇਹਨੂੰ ਵੀ ਆਪਾਂ ਯੂਜ਼ ਕਰਦੇ ਹਾਂ, ਬਣਾ ਕੇ ਰੱਖਿਆ ਹੋਇਆ, ਸ਼ੂਟ ਵਗੈਰਾ ਕੀਤਾ ਨਹੀਂ ਕਦੇ। ਅਤੇ ਗੋਪੀ ਵਾਲਾ ਝੋਟਾ ਜਿਹੜਾ ਉਹਦਾ ਫਿਰ ਦੇਖਦੇ ਹਾਂ। ਬਾਕੀ ਚਲੋ ਇੱਕ ਵਾਰੀ ਮੈਂ ਇਹਨੂੰ ਚਲਾ ਕੇ ਉਦੋਂ ਬਾਅਦ ਆਹ ਰਿਮੋਟ ਇਹਦੇ 'ਚ ਯੂਜ਼ ਕਰਕੇ ਦੇਖਾਂਗੇ। ਜੇ ਤਾਂ ਵਧੀਆ ਚੱਲ ਗਿਆ 7.4 ਵੋਲਟ ਵਾਲੀ ਬੈਟਰੀ 'ਤੇ ਤਾਂ ਸਾਹਮਣੋਂ ਵਧੀਆ, ਠੀਕ ਹੈ। ਅਤੇ ਜੇ ਨਾ ਚੱਲਿਆ ਫਿਰ ਇਹਦਾ ਕੋਈ ਹੋਰ ਹੱਲ ਕਰਨਾ ਪਊਗਾ। ਬਾਕੀ ਚਲੋ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਚਲਾਵਾਂ। ਰਿਮੋਟ ਵਾਲਾ ਨਾ ਹੋਵੇ ਤਾਂ ਆਪਣੇ ਕੋਲ ਵਾਇਰ ਹੈਗੀ ਹੈ, ਵਾਇਰ ਨਾਲ ਇਹਨੂੰ ਚਲਾ ਲਾਂਗੇ। ਇੱਕ ਅੱਧੀ ਵੀਡੀਓ ਜ਼ਰੂਰ ਸ਼ੂਟ ਕਰਾਂਗੇ ਇਹਦੇ ਨਾਲ, ਠੀਕ ਹੈ। ਵੈਸੇ ਲੁੱਕ ਕਹਿੰਦੀ ਸਿਰਾ ਹੀ ਹੈ, ਸਾਰੇ ਟਰੈਕਟਰਾਂ ਨਾਲੋਂ ਅੱਡ ਹੀ ਹੈ, ਜਗਾੜ ਜਿਹਾ ਸਿਰਾ ਲੱਗਦਾ ਝੋਟਾ। ਮੈਂ ਸੋਚਿਆ ਸੀ ਮੇਜ਼ ਸਾਫ਼ ਕਰਕੇ ਉਦੋਂ ਬਾਅਦ ਫਿਰ ਝੋਟੇ 'ਤੇ ਗੱਲ ਕਰਦੇ ਹਾਂ, ਨਾਲੇ ਆਹ ਟਰੈਕਟਰ ਦੀ ਉਹ ਆਪਾਂ ਹੁਣੇ ਨਿਬੇੜ ਲਿਆ ਸਾਰਾ ਕੰਮ। ਅਤੇ ਇਸ ਕਰਕੇ ਹੁਣ ਅੱਗੇ ਵਲੋਗ ਕੰਟੀਨਿਊ ਕਰਨ ਦੀ ਜ਼ਰੂਰਤ ਹੈ ਨਹੀਂ ਆਪਾਂ ਨੂੰ, ਕਿਉਂਕਿ ਨਾ ਮੈਂ ਥੋੜ੍ਹਾ ਟਾਈਮ ਆਪਣੇ ਸੀਕ੍ਰੇਟ ਪ੍ਰੋਜੈਕਟ 'ਤੇ ਹੁਣ ਕੰਮ ਕਰਾਂਗਾ, ਜਿਹੜੀ ਪ੍ਰੋਬਲਮ ਉਹਦੇ 'ਚ ਆਉਂਦੀ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਨ ਦਿਆਂ ਮੈਂ, ਠੀਕ ਹੈ। ਅਤੇ ਬਸ ਫਿਰ ਆਹ ਵਲੋਗ ਆਪਣਾ ਇੱਥੋਂ ਤੱਕ ਹੀ ਆ। ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ, ਅਤੇ ਓਕੇ ਬਾਏ, ਟਾਟਾ।